ਪੌਂਡ ਪਹਿਲਾ ਵਾਰ ਜਿਹੜਾ ਉਹਨਾਂ ਨੂੰ ਮਿਲਿਆ ਇਹ ਲੱਕੀ ਕਰਾਲੀ ਦੀ ਜਾਣਕਾਰੀ ਦਿੰਦੇ ਹੁੰਦੇ ਆ ਪਰ ਦੂਜੇ ਪਾਸੇ ਭੇਟਾਂ ਵਾਲਾ ਮਨਪ੍ਰੀਤ ਲਓ ਬੱਬੇ ਦੀ ਰੇਡ ਹੰਦਿਆਂ ਤੇ ਮੁਕਾਬਲਾ ਐਨ ਦੋ ਖਿਡਾਰੀਆਂ ਵਿਚਕਾਰ ਚੋਟੀ ਦੀ ਟੱਕਰ ਹੋ ਕਬੱਡੀ 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 ਸਫਲਤਾ ਇਸ ਵੇਲੇ ਇਹ ਜਿਹੜੀ ਜਾਪੀ ਦੇ ਕਦਮ ਚੁੰਮਦੀ ਹੈ ਨੰਬਰ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਏ ਦੀ ਲੋਏ ਦੇ ਪਾਸੇ ਬੋਪਾਰਾਏ ਦੀ ਟੀਮ ਵੱਲੋਂ अगली कबड्डी मेरी बिंदू माधोपुर वाला लो इधरे पासे धरती मां नूं टेकदा है मथा सिखी महान है सारे जहां से अच्छा हिंदुस्तान हमारा हम बुलबुले है इसकी गुलसा हमारा लो इंडिया दा मेरी तावी भारत दा तावी पंजाब दा तावी इधरे पासे कबड्डी पाउंदा होया ते नौजवान गभरू साबी है मेरी ओ लो साबी ने कोशिश कीती है पर इधरे पासे बिंदू एक अंक दा वादा करदा है सतनामा ਅਰਸਪਾਲ ਸਿੰਘ ਸ਼ੀਰੇ ਨੇ ਕਬੱਡੀ ਖੇਡੀ ਹੈ ਮੇਜਰ ਗਾਖਲ ਹੁਣੇ ਮੰਚ ਤੇ ਬੈਠੇ ਆ ਉਹ ਆਖਦੇ ਜਦੋਂ ਐਕਸ਼ਨ ਆ ਉਸ ਐਕਸ਼ਨ ਦੀ ਗੱਲ ਕਰਨੀ ਆ ਜਦੋਂ ਜੱਫਾ ਲੱਗਦਾ ਜਦੋਂ ਰੇਡ ਪੈਂਦੀ ਹੈ ਉਦੋਂ ਗੱਲ ਕਰਨੀ ਆ ਥੋੜਾ ਜਿਹਾ ਗੈਪ ਪਾ ਲਿਆ ਕਰੋ ਥੈਂਕ ਯੂ ਤੁਸੀਂ ਬਹੁਤ ਸਿਆਣੇ ਆ ਥੈਂਕ ਯੂ ਲਓ ਗੁਰਭੇਜ ਸਿੰਘ ਭੇਜਾ ਪੱਤੜ ਕਲਾਂ ਵਾਲਾ ਬੋਲੇ ਪੱਤੜ ਦਾ ਗਰਾਈ ਜਿਹੜਾ ਖੇਡ ਵਿਧਾਨ ਵਿੱਚ ਇਸ ਵੇਲੇ ਮੱਥਾ ਟੇਕ ਕੇ ਪੱਟ ਤੇ ਪੋਲੇ ਪੋਲੇ ਥਾਪੀਆਂ ਮਾਰ ਕੇ ਰੇਡ ਪਾ ਰਿਹਾ ਨਾਲ ਕਹਿੰਦੇ ਉਧਰ ਜਾਪੀਆਂ ਵਿੱਚ ਸਦਵਾਂ ਦੋਨਾਂ ਵਾਲਾ ਸਾਬੀ ਖੜਾ ਜਿੱਥੇ ਤੇ ਕਹਿੰਦੇ ਨੇਕੀ ਵਰ ਗਿਆ ਆਪਣੇ ਸਮੇਂ ਦੇ ਮੰਨੇ ਪ੍ਰਮੰਨੇ ਖਿਡਾਰੀ ਹੈ ਔਰ ਗੱਲਾਂ ਚੱਲਦੀਆਂ ਕਦੇ ਅਮਰੀਕ ਲੱਡੂ ਦੀਆਂ ਲਓ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਮੇਰੇ ਵੀਡੀਓ ਚੈਨਾ ਹੈ ਗੁੱਜਰਪੁਰੀਆ ਗੁੱਜਰਪੁਰੀਆ ਚੈਨਾ ਤੇ ਭੇਜੇ ਦੇ ਵਿਚਕਾਰ ਟੱਕਰ ਹੈ ਆਪਣੇ ਰਾਜਨ ਆ ਭੇਜਾ ਭੇਜੇ ਹੱਥ ਖੜਾ ਕਰੀ ਵੀ ਇਹ ਪੁਰਤਗਾਲ ਦੀ ਕਬੱਡੀ ਖੇਡੀ ਇਹਨੇ ਯੂਰਪ ਲਈ ਸਾਡੇ ਬਲਜਿੰਦਰ ਸਿੰਘ ਜੀ ਔਰ ਪੁਰਤਗਾਲ ਰੇਸ਼ਮ ਸਿੰਘ ਜੀ ਪੁਰਤਗਾਲ ਲਾਡੀ ਪੁਰਤਗਾਲ ਤੇ ਜਸਪ੍ਰੀਤ ਜੱਸਾ ਪੁਰਤਗਾਲ ਦੀ ਕਬੱਡੀ ਖੇਡੀ ਹੈ ਭੇਜੇ ਨੇ ਓਵਟ ਮੈਗਾ ਰਾਜਨ ਕੁਲਿਆਨ ਲਓ ਖੇਡ ਦੇ ਮੈਦਾਨ ਦੇ ਵਿੱਚ ਨਾਗੋ ਇਸ ਵੇਲੇ ਕਬੱਡੀ ਪਾ ਰਿਹਾ ਕਾਂਜਲੀ ਵਾਲਾ ਹਰਨੇਕਾ ਨੇਕਾ ਵੀ ਕਹਿੰਦੇ ਤਕੜਾ ਸਿਕੰਦਰ ਵਰਗੇ ਕਾਂਜਲੀ ਦੇ ਮੰਨੇ ਪਰਮੰਨੇ ਖਿਡਾਰੀਆਂ ਦਾ ਪੈਂਡਾ ਪਰ ਦੂਜੇ ਪਾਸੇ ਮੁੰਡਾ ਮੈਂ ਦੇਖਦਾ ਵੀ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਤਕੜੀ ਕੋਸ਼ਿਸ਼ ਕਰਦਾ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਏ ਦੀ ਟੀਮ ਦੇ ਵੱਲੋਂ ਪਰ ਸਫਲਤਾ ਇਸ ਵੇਲੇ ਢਾਬੀ ਦੇ ਕਦਮ ਚੁੰਮਦੀ ਹੈ अगली रेड पाउण लई अमर नाम है इस खिडारी का घास पैंडा जिथे का योधा जो खेड मैदान खेलता तो गल वक्री हो जाती है लो पई हुई रेड सतनाम जी करो गल अमर इधरे पासे अमर घास कबड्डी पा रहा है मेरे वीरो लड्डा बलपुरी है ओदे वर्गा शरीर है मेरी लो इधरे पासे देखते भी चार जाफी त्यार बार त्यार ने सिखी महान है जरे नूं तूफान कहांगा ऐसी खेड रचावांगा मैं खंडे की नोक दे विचों गंगा एक वगावांगा मैं खंडे की नोक दे विचों गंगा एक वगावांगा अमर कास गुरदासपुरी एक अंक का वाधा करता है लो अगली कबड्डी इधरे पासे बाबा रामदास चढ़दी कला दा खिडारी माऊ कबड्डी पा रहा सुरना पिंड वाला चार जाफी त्यार बार त्यार ने लै भी हुण किहड़ा डाके दिखावेगा गल 30 सकेंटां ते मुकणी है रेडा भावे लख पैंदी है ते राजन गल जफिया ते मुकणी है रेडा भावे लख पैंदी है लो उधरे पासे वखरा स्टाइल है गभरू दा लो सामने मैं देंदा भी खेड दे मैदान दे विच लग गया जफा ते धावी गया डक्या चढ़ गया नशा जिले सारा कुछ तकिया ये मुंडा कहिंदे खेड मैदान च हीरा ਇਹ ਨੰਗਲ ਵਾਲਾ ਇਸ ਵੇਲੇ ਜੱਫਾ ਲਾ ਕੇ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਤੇ ਅਗਲੀ ਰੇਡ ਫਿਰ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਮੇਰੇ ਵੀਰਿਓ ਬਲਜੀਤ ਚੌੜੇ ਮਧਰੇ ਦੀ ਧਰਤੀ ਦਾ ਰੇਡ ਪਾ ਰਿਹਾ ਚੌੜੇ ਮਧਰੇ ਦੀ ਧਰਤੀ ਹੈ ਗੁਰਦਾਸਪੁਰ ਜ਼ਿਲ੍ਹਾ ਮਾਝੇ ਦਾ ਮਜਹਿਲ ਵਧਿਆ ਉਧਰ ਸਾਬੀ ਨੇ ਵੀ ਪੜ ਤੇ ਥਾਪੀ ਮਾਰ ਦਿੱਤੀ ਅੱਜ ਦੋ ਸਾਬੀ ਖੜੇ ਆ ਪਰ ਆ ਸ਼ੇਰਾ ਇਹ ਬਲਪੁਰੀਆ ਜਿਹਨੇ ਹੁਣ ਟਰਾਈ ਕੀਤੀ ਮੇਰੇ ਵੀਰਿਓ ਜਿਹਨੇ ਹੁਣ ਟਰਾਈ ਕੀਤੀ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਇਸ ਵੇਲੇ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਏ ਦੀ ਟੀਮ ਤੇ ਦੂਜੇ ਪਾਸੇ ਫਿਰ ਕਹਿੰਦੇ ਬੱਬਾ ਇਬਰਾਹੀਮ ਵਾਲ ਦਾ ਜਿਹੜਾ ਅਗਲੀ ਰੇਡ ਪਾਉਣ ਦੇ ਲਈ ਤਿਆਰ ਹੈ ਨਾਲ ਹੀ ਇਸ਼ਾਰਾ ਦੇ ਰਿਹਾ ਵੀ ਸਾਹਮਣੇ ਆਓ ਕਿ ਸ਼ਮਸ਼ੀਰ ਤੋਂ ਦੁਨੀਆ ਡਰਦੀ ਹੈ ਸ਼ੇਰ ਤੋਂ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਦੁਨੀਆ ਡਰਦੀ ਹੈ ਡਰ ਹੁੰਦਾ ਹੈ ਸ਼ੇਰ ਦੀ ਦਹਾੜ ਦਾ ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾ ਦੇ ਨਾਲ ਜੇ ਪਾਲਿਆ ਹੋਵੇ ਸਰੀਰ ਤੇ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਮੇਰੀਓ ਸਰੀਰ ਤਕੜਾ ਹੋਵੇ ਤੇ ਦੁਨੀਆ ਸਰਨਾਵੇ ਪੁੱਛਦੀ ਹੈ ਅੱਜ ਸਰਨਾਵੇ ਪੁੱਛਣਗੇ ਰਿਸ਼ਵਾਲ ਸਿੰਘ ਜੀ ਸੰਮੀ ਉਹਨਾਂ ਨੂੰ ਮੇਰੇ ਵੀਰੋ ਕਿ ਆਹ ਖਿਡਾਰੀ ਕਿਹੜੇ ਪਿੰਡ ਦਾ ਮੇਰੀਓ ਲਓ ਵੱਡਾ ਮਾਣ ਹੈ ਸਾਨੂੰ
इलाके एनआर वीर मेरे हो जिन्हें भी सहयोगी सज्जन पहुंचे ने सारे का धन्यवाद। लो जीता संधु जठिया कबड्डी पा रहा है तेरे पास दो साबी है कोशिश की है साबी ने पर जीता नहीं रुकता फैन जिहड़ा धावी के खाते जुड़ता है कलिन साहब का कांजली पिंड सिकंदर का पेंडू अगली कबड्डी पा रहा। हाँ जी राजन जी बिल्कुल नागो की रेंड जिहड़ी मेरे रब वर्गे दर्शक वीर हो उधर कलेर साहब रेड भी पै चुकी है लाभी पिंडिया देख मुंडा दाखला वाला इस वे मोहरे खड़ गया चीन की कंध बन के तूफान से कहते डके नहीं जाते पर जो मोहरे पहाड़ आ जाए हवावां की दिशा चेंज कर देंगे तो सामने देखो हम गल की बनती है तो कबड्डी कबड्डी हो ही पई है हंदिया जे ते बढ़िया आ कहन दी लोड़ नहीं ताड़िया आप मारे बजियां शामी भी आया कहिंदे इटली तो ते पिंडा लंबड़ भी आया मलियां वाला मेंटू हुणी साडे वीर पुज्जे आ सागर हुणी पर अगों दी अगली रेड जिहड़ी पैरी आ पिंडा पिंडा लंबड़ किथे आई पिंडा किथे आ पिंडा लंबड़ मेरी आवाज नूं सुणदा प्लीज साडे स्टेज ते पहुंचण दी कृपालता करो क्योंकि साढ़े बहुत ही सत्कारयोग वीर है साढ़े शीरे भाई दे नाल प्यारे गमटाले दे नाल दोस्ती है रिश्तेदारी है मैं पिंडे लंबड़ नूं बेनती करदा प्लीज स्टेज ते पहुंचण दी कृपा सब नाल सतनाम शामा इटली वाला भी पुज्जा गलाबो नहीं रहा ओदियां ज्यादा पर इधर अनु बुढ़े थे वाला रेड पा के नंबर जोड़दा किसी की याद कलौला कर दी किसी की बॉडी फड़दी है कोई झूम झूम के तुरदा है जिवें रावी वगदी है किसी की तकनीकी ते फुर्तीली रेड पई दिलां नूं ठगदी है कहे शिंगार खेड जवाना शान तू जगदी है जगदी शान बणदे ने दुनिया विच नाम बणदा इन्हां खिडारियां दा जदों खेल मैदानां विच खेडदे ते गल वक्री हो जांदी है। लो रेड जिहड़ी बाबा हंदाल कबड्डी क्लब बोपाराए दी टीम दे वल्लों इहदा माधोपुर पिंड है इक ते कहिंदे लवली यूनिवर्सिटी दे लागे है माधोपुर चहेड़ू दे लागे है पर इह कहिंदे भोगपुर टांडे दे एरिए तों आया मुंडा माधोपुरिया रेड पा रिहा पर सामने मैं देखदा वी हुण चढ़दी कला कबड्डी क्लब मलेशिया दी टीम वल्लों मुंडे ने कैंची ला दित्ती हटूर दे छांगे दी कड्डी होई कार्ड ते कैंची दा दा के जद हूं सुपारी थल्ले कि टिकट कटौणी बसा दी मुंडिया डंड बैठका ला लै कबड्डी हो गई कबड्डी हो गई लखां दी काबू है पूरना बड़ा राजन यूरोप दे खेड सीजन दा भी बैट निकलिया साबू है सुनना बड़ा क्लियर जी करियो गल मुंडा दुनिया दे जुग मुकदा पिंडा लंबड़ा ते नाल साडा शामा इटली वाला शामे किथे आ भी इधर आ गया जी साडे शीरे भाजी दे सद्दे ते हैंडसम बबाई असीं बहुत बहुत धन्नवाद आखदे आ क्योंकि बिंदू वाली चक्की आ भी पहुंच रिहा ते पिंडा पहुंच गया असीं इहनां दा बहुत बहुत धन्नवाद आखदे आ मंच ते इटली तों विशेष तौर ते साडा छोटा वीर और शामा पहुंचिया समय भाजी बहुत बहुत धन्यवाद तुसी इटली विच वख वख थावां ते कबड्डी कप करवाउंदे हो आप जी दा बहुत बहुत धन्यवाद जी थैंक यू। लो गुरभेज कहिंदा सेंटर विच होवां मेरी हो पत्तना वाला गुरभेज कबड्डी पा रहा है और इधर पासे चुनी पत्त ने बड़ी तगड़ी कबड्डी खेली है शीरे भाई ने गुरदेव पत्त ने कबड्डी खेली है लो इधर पासे उन्हां दा पेंडू ए नौजवान गबरू पुर्तगाल पक्के तौर पर वसिया होया पर सीजन लाने वास्ते आता कहता भी पाजी कबड्डी छड़ नहीं सकते जिदा शीरा पाजी यूके की धरती से आता है लो फैन जिहड़ा गुरभेज पत्तड़ एक अंग का वाधा करता है आ खिलाड़ी सोनू जंप का पेंडू है बलविंदर फिडे का पेंडू है लो अगली कबड्डी पा रहा बब्बू पर इधरे पासे गल वक्री होने हवा के नौजवान गभरू टच करके बब्बू एक अंग का वाधा करता है चल भी लो जी गबरू पा अगली कबड्डी लो अमर घास पिंडी है अमर घास पिंड वाला ਕਲੇਰ ਸਾਹਿਬ ਅੱਜ ਤਰਵਿੰਦਰ ਨੂੰ ਵੀ ਮੁਬਾਰਕਾਂ ਦੇ ਦੋ ਉਹਦਾ ਵੀ 21,000 ਰੁਪਏ ਦੇ ਨਾਲ ਜਿਹੜਾ ਮਾਨ ਸਨਮਾਨ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾਣਾ ਤੇ 51,000 ਰੁਪਇਆ ਮੱਤੀ ਦਾ ਮਾਨ ਸਨਮਾਨ ਕੀਤਾ ਜਾਣਾ ਹਾਂ ਕਰਮਾਂ ਦੇ ਨਾਲ ਉਹ ਦਿਨ ਭਾਗਾ ਵਾਲੇ ਉਹ ਸਮਾਂ ਭਾਗਾ ਵਾਲਾ ਉਹ ਘੜੀ ਭਾਗਾ ਵਾਲੀ ਉਹ ਤਰੀਕ ਭਾਗਾ ਵਾਲੀ ਉਹ ਸਨ ਭਾਗਾ ਵਾਲਾ ਜਦੋਂ ਮਾਨ ਸਨਮਾਨ ਜ਼ਿੰਦਗੀ ਦੇ ਵਿੱਚ ਮਿਲਦੇ ਆ ਤੇ ਐਨ ਕਹਿੰਦੇ ਮਨ ਵੀ ਜਿਹੜਾ ਬਾਗੋ ਬਾਗ ਹੋ ਜਾਂਦਾ ਲਓ ਨਾਗੋ ਦੇ ਬਾਲਾਂ ਦਾ ਸਟਾਈਲ ਵੱਖਰਾ ਆ ਜਾ ਮੇਰੇ ਰੱਬ ਵਰਗੇ ਦਰਸ਼ਕ ਵੀਰਿਓ ਐਨ ਜਿਵੇਂ ਕਹਿੰਦੇ ਲੱਕੀ ਕਰਾਲੀ ਦੇ ਟੈਟੂ ਜਿਹੜੇ ਵੱਖਰਾ ਅੰਦਾਜ਼ ਸੀ ਉਹ ਲੋਕੀ ਗੱਲਾਂ ਕਰਦੇ ਸੀ ਵੀ ਟੈਟੂ ਬੜੇ ਫੱਫਦੇ ਆ ਖਿਡਾਰੀ ਦਾ ਬਾਲਾਂ ਦਾ ਸਟਾਈਲ ਬੜਾ ਫੱਫਦਾ ਉਹ ਕਦੇ ਸੱਜੇ ਕਦੇ ਖੱਬੇ ਹੁਣ ਦੇਖਦੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਮੋਰੇ ਮੁੰਡਾ ਪਹਾੜ ਵਰਗਾ ਬਣਿਆ ਹੋਇਆ ਐਨ ਚੀਨ ਦੀ ਕੰਧ ਵੱਜਦੀਆਂ ਡੋਜਾਂ ਉਹ ਦੇਖੋ ਕਬੱਡੀ ਕਬੱਡੀ ਮੇਰੇ ਰੱਬ ਵਰਗੇ ਦਰਸ਼ਕ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਵੀ ਤਿੰਨ ਜੱਫੇ ਤਾਂ ਏਦਾਂ ਦੇ ਲੱਗੇ ਆ ਜਿਵੇਂ ਖਾਨੋ ਵਾਲੀ ਆ ਜਿੰਦਾ ਔਰ ਬੱਗਿਆ ਦਾ ਮੱਦੀ
लक्की कराली अज भी दुनिया का स्टार है। मेजर गाखल बहुत चोटी का प्लेयर होया खेड मैदान पैंदी हुई कबड्डी इधरे पासे बलजीत सिंह जी चौड़े मदरे की धरती का क्लेयर साहब कबड्डी पा रहा है। कणक मन्ना जा रंग है कोई फर्क नहीं पैंदा रंग गोरे काले का अजकल टौर है मित्रों कबड्डी खेलन वाले का जिमें फरमाई परविंदर ते कुश्ती दारे दी अजकल टौर है मित्रों कबड्डी खेलन वाले दी जिहड़ा कबड्डी खेलदा उहदी टौर है। लो बलजीत चौड़े मजरे वाला एक अंक का वाधा करता होया अपनी टीम के खाते भी चंग जोड़दा है। लो इधरे पासे सोना कबड्डी पा रहा है चार जाफी तैयार बार तैयार ने लै भी केशी गवांडी नगर है मेरी वादा पिंड आया गाखला वाला पप्पू गाखल जी बैठे है उधरे पासे चन्ना करता है कोशिश लो गुट फड़िया ते नहीं रीसा गबरू दियां पैण जिहड़ा है धावी एक अंक का वाधा करता होया अपनी टीम के खाते भी जंग जोड़दा है। अंधू चट्टे वाला जीता कबड्डी पा रहा राजा जी करो गल धरती तेरी गोद नू चन्न होर बथेरे ते चढ़दा रही बे सूर जग ते कमियां दे वेड़े ये है चन्ना बडाला माही पैंडा। लो सामने जीते ने फिर उस मालक नू मत्था टेक के खेड़ दे मैदान विच रेड़ पा दित्ती। संधू चट्टे पिंड वाला पिंडा बॉक्सर कहिंदे इटली आ बसिया उहदा ग्राई कदे अमन लंबड़ दी गल कदे मनी मुंडा कहिंदे कनेडा दे विच पक्के तौर ते रहिंदा पर सामने मुंडा शेरा पलपुरिया हुण करू कमाल इन बक-बक दाल आ रिया ते बक-बक अंदाज ने इन्हां खिडारियां दे कि डौलिया च जान होवे पट्टा च तूफान होवे छाती विच दिल जारो शेर तो महान होवे जावे चूंडी ना शरीर उत्ते बड्डी मित्रो ते फिर खेडी जांदी है कबड्डी मित्रो फिर खेडी जांदी है कबड्डी मित्रो आ मेरी वाह क्या बात है गवांडी नगर कहवांगे मनप्रीत भेटा वाला। लो चाचे दियां मेरी ओ वड्डियां जिम्मेदारियां हुंदियां ने बस गया नौजवान गबरू गुरविंदर कनेडा विच मनप्रीत भेटा ने कोशिश कीती है पर माऊ कहिंदा नहीं प्रेम सत्कार ए है मेरी ओ वड्डी गल। रिशवाल सिंह जी शीरा सत्कार वधाउण वास्ते मेरी इंडिया पंजाब आउंदे ने ਵੱਡਿਆਂ ਦਾ ਦਿਲੋਂ ਸਤਿਕਾਰ ਹੋਣਾ ਚਾਹੀਦਾ ਛੋਟਿਆਂ ਲਈ ਮਨਾਂ 'ਚ ਪਿਆਰ ਹੋਣਾ ਚਾਹੀਦਾ ਮਾਪਿਆਂ ਦੀ ਖੁਸ਼ੀ ਧੀ ਪੁੱਤ ਜੇ ਸਲੱਗ ਹੋਣ ਬੱਚਿਆਂ ਨੂੰ ਵੀ ਮਾਪਿਆਂ ਅਨਸਾਰ ਹੋਣਾ ਚਾਹੀਦਾ ਮੁੱਕ ਜਾ ਨਫ਼ਰਤਾਂ ਵੈਰ ਸਾਰੇ ਮੁੱਕ ਜਾਣ ਪਿਆਰ ਸੰਗ ਸਾਰਾ ਸੰਸਾਰ ਹੋਣਾ ਚਾਹੀਦਾ ਪਿਆਰ ਸੰਗ ਸਾਰਾ ਸੰਸਾਰ ਹੋਣਾ ਚਾਹੀਦਾ ਪਿਆਰ ਦਾ ਕਰਕੇ ਐਨਰ ਵੀਰ ਮੇਰੀਓ ਆਪੇ ਪੰਜਾਬ ਵਿੱਚ ਆਉਂਦੇ ਨੇ ਲੋ ਖੇਡ ਕਬੱਡੀ ਪਿਆਰ ਦੀ ਹੈ ਪਰ ਉਧਰੇ ਪਾਸੇ ਫਿਰ ਅਨੂ ਦੀ ਰੇਡ ਸੀ ਤੇ ਹੈਪੀ ਪੰਡਤ ਜੀ ਸਿੱਧਮਾ ਦੋਨਾ ਵਾਲੇ ਕੈਨੇਡਾ ਕੱਪ 1991 ਦਾ ਚਾਲੂ ਹੋਇਆ ਤੇ ਸਿੱਧਮਾ ਦੋਨਾ ਵਾਲਾ ਨੇਕੀ ਬੈਸਟ ਰਿਹਾ ਬਿੱਲਾ ਪਿੰਡਰ ਬੈਸਟ ਰਿਹਾ ਮੇਰੀਓ ਫਿਰ ਚੱਲ ਸੋ ਚੱਲ ਪਿੱਛੇ ਮੁੜ ਕੇ ਨਹੀਂ ਦੇਖਿਆ ਸਵਿੰਦਰ ਸਿੰਘ ਨੇਕੀ ਨੇ ਲੋ ਬੱਬੂ ਟਾਂਡੀ ਪਿੰਡ ਵਾਲਾ ਇਬਰਾਹਿਮ ਮੇਰੀਓ ਦੋਨੇ ਪਿੰਡ ਲਾਗੋ ਲਾਗੀ ਨੇ ਬਲਵਿੰਦਰ ਸਿੰਘ ਫਿੱਡਾ ਲੋ ਮੰਗੀ ਫਿੱਡ ਨੂੰ ਤਾਂ ਲੋਕੀ ਸਲਾਮਾ ਕਰਦੇ ਨੇ ਰਾਣੇ ਵਾਈ ਦਾ ਅੱਜ ਵੀ ਲੋਕੀ ਪਾਣੀ ਭਰਦੇ ਨੇ ਦੁੱਲੇ ਮੋਰੇ ਜਾਫੀ ਭਾਜੀ ਤੁਰਦੇ ਨੇ ਗਾਂਢੀ ਪੰਡਤ ਅੱਗੇ ਕਿਹੜਾ ਖੜਦਾ ਹੈ ਅੱਜ ਖਾੜਿਆਂ ਦੇ ਵਿੱਚ ਮਰ ਕੇ ਜਾਣੇ ਜ਼ੋਰ ਜਵਾਨਾਂ ਦੇ ਮੈਂ ਡੋਲਿਆਂ ਉੱਤੇ ਚੱਲਦੀ ਦੇਖੀ ਰੇਨ ਜਵਾਨਾਂ ਦੇ ਹਾਂ ਸਮਾਂ ਹੋ ਗਿਆ ਹੋਰ ਨਾ ਟੀਮਾਂ ਬੁਲਾਓ ਹਾਂ ਬਿਲਕੁਲ ਜੀ ਗੁਰੂ ਰਾਮਦਾਸ ਸਪੋਰਟਸ ਕਲੱਬ ਚੜ੍ਹਦੀ ਕਲਾ ਮਲੇਸ਼ੀਆ ਦੀ ਟੀਮ ਦੇ ਜਿਹੜੇ 9 ਨੰਬਰ ਹੈ ਤੇ ਬਾਬਾ ਹੰਦਾਲ ਕਬੱਡੀ ਕਲੱਬ ਗੋਪਾਰਾਏ ਦੀ ਟੀਮ ਦੇ 19.5 ਨੰਬਰ ਹੈ ਇਹ ਹਾਫ ਟਾਈਮ ਤੱਕ ਅੰਕਾਂ ਦਾ ਲੇਖਾ ਜੋਖਾ ਸਾਡਾ ਵੀਰ ਔਰ ਲਿਖਦਾ ਹੈ ਨਾਲ ਹੀ ਮੈਂ ਦੂਜੇ ਮੈਚ ਦੇ ਲਈ ਟੀਮਾਂ ਨੂੰ ਬੇਨਤੀ ਕਰਾਂਗਾ ਨੇਕਾ ਮਾਲੂਪੁਰੀਆ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਦੀ ਟੀਮ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵਿਚਕਾਰ ਅਗਲਾ ਮੈਚ ਹੋਵੇਗਾ ਬਿੱਟੂ ਬਿਹਾਰੀਪੁਰ ਜੀ ਔਰ ਜੀ ਐਸ ਕਲੇਰ ਜੀ ਇਸ ਮੈਚ ਦੇ ਲਈ ਗੱਲ ਕਰਨ ਦੇ ਲਈ ਤਿਆਰ ਰਹਿਣਗੇ ਦੀਪ ਕਿਸ਼ਨਗੜ੍ਹ ਸਾਡਾ ਵੀਰ ਅਮਨ ਉਹ ਵੀ ਪੁੱਜੇ ਧੰਨਵਾਦ ਹੈ ਲਓ ਹਾਫ ਸਮਾਂ ਹੋ ਗਿਆ ਮੇਰੇ ਰੱਬ ਵਰਗੇ ਦਰਸ਼ਕ ਵੀਰੋ ਅੱਜ ਕਿਹੜੀ ਟੀਮ ਨੇ 1.5 ਲੱਖ ਕਿਹੜੀ ਟੀਮ ਨੇ 1 ਲੱਖ ਕਿਹੜੇ ਖਿਡਾਰੀਆਂ ਨੇ ਮੋਟਰਸਾਈਕਲ ਕਿਹੜੇ ਘਰਾਂ ਨੂੰ ਕਿਹੜੇ ਨਗਰਾਂ ਨੂੰ ਕਿਹੜੇ ਜ਼ਿਲ੍ਹਿਆਂ ਨੂੰ ਜਾਣ ਕੇ ਸਮਾਂ ਦੱਸੂਗਾ ਲਓ ਨਾਗੋ ਰੇਡ ਪਾ ਰਿਹਾ ਕਾਂਜਲੀ ਵਾਲਾ ਮੇਰੇ ਰੱਬ ਵਰਗੇ ਦਰਸ਼ਕ ਵੀਰੋ ਕਈ ਵਾਰੀ ਸਤਨਾਮ ਜੀ ਆਪਾਂ ਪੰਜਾਬੀ ਵੀਰੋ ਕਹਿ ਦਈਦਾ ਪਰ ਕਬੱਡੀ ਤਾਂ ਹਰਿਆਣੇ ਵਾਲੇ ਵੀ ਦੇਖਦੇ ਆ ਗੋਰੇ ਵੀ ਦੇਖਦੇ ਕਾਲੇ ਵੀ ਦੇਖਦੇ ਆ ਲੱਕੀ ਕਰਾਲੀ ਜੀ ਕਹਿੰਦੇ ਸਾਰਿਆਂ ਦੀ ਇਹ ਖੇਡ ਜਿਹੜੀ ਆ ਮਨਾਂ ਨੂੰ ਵਹਾਉਣ ਲੱਗ ਪਈ ਆ ਅਸੀਂ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਕਰਾਂਗੇ ਚਾਹੇ ਵੱਖ ਵੱਖ ਮੁਲਕਾਂ 'ਚ ਬੈਠੇ ਦੇਖਦੇ ਆ ਚਾਹੇ ਵੱਖ ਵੱਖ ਸਟੇਟਾਂ ਦੇ ਵਿੱਚ ਬੈਠੇ ਦੇਖਦੇ ਆ ਚਾਹੇ ਆਪਣੇ ਵੱਖ
ਵੱਖ ਪੰਜਾਬ ਦੇ ਨਗਰਾਂ ਵਿੱਚ ਜ਼ਿਲ੍ਹਿਆਂ ਵਿੱਚ ਦੇਖਦੇ ਆ ਲੋ ਸਾਹਮਣੇ ਖੇਡ ਦੇ ਮੈਦਾਨ ਵਿੱਚ ਰੇੜਾ ਸੋਲੇ ਬਿੰਦੂ ਇਹਦਾ ਮਾਧੋਪੁਰ ਪੈਂਡਾ ਮੈਂ ਪਹਿਲਾਂ ਦੱਸਿਆ ਵੀ ਭੋਗਪੁਰ ਟਾਂਡੇ ਦਾ ਏਰੀਆ ਇਸਲੇ ਖੇਡ ਦੇ ਮੈਦਾਨ ਚ ਰੇਡ ਪਾ ਰਿਹਾ ਸਭ ਸੁਨਣਾ ਵਾਲਾ ਇੱਕ ਕਹਿੰਦੇ ਹੁਣ ਗਲਜਾਰੀ ਵੀ ਮਸ਼ਹੂਰ ਹੋਈ ਜਾ ਰਿਹਾ ਦੁਨੀਆ ਦੇ ਵਿੱਚ ਸੁਨਣਾ ਵਾਲਾ ਪਰ ਉਹ ਸੁਨਣਾ ਜਿਹੜੀਆਂ ਉਹ ਮੇਰੇ ਰੱਬ ਵਰਗੇ ਦਰਸ਼ਕ ਵੀਰਿਓ ਉਹ ਨੂਰ ਮਹਿਲ ਦੇ ਲਾਗੇ ਆ ਚੀਮੇ ਕਲਾ ਚੀਮੇ ਖੁਰਦ ਦੇ ਲਾਗੇ ਸੁਨਣਾ ਪਰ ਆਹ ਜਿਹੜਾ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਕਾਲੇ ਸੰਘਿਆ ਦੇ ਲਾਗੇ ਇਹ ਸਾਬੂ ਨੇ ਮਸ਼ਹੂਰ ਕੀਤਾ ਔਰ ਨਾਲ ਹੀ ਕਹਿੰਦੇ ਪਰ ਸੰਧੂ ਚੱਠੇ ਦੀ ਗੱਲ ਚੱਲਦੀ ਹੈ ਤੇ ਮਨੀ ਵਰਗੇ ਅਮਨ ਲੰਬੜ ਵਰਗੇ ਜਿੱਤੇ ਵਰਗੇ ਖਿਡਾਰੀਆਂ ਦੀ ਗੱਲ ਖੇਡ ਮੈਦਾਨਾਂ ਵਿੱਚ ਚੱਲਦੀ ਹੈ ਲਓ ਰੇਡ ਪੈਰੀ ਸਤਨਾਮ ਜੀ ਕਰਿਓ ਗੱਲ ਲਓ ਇਹਦੇ ਪਾਸੇ ਕੀ ਬਾਤ ਆ ਸਿੱਧਾ ਹਿੱਕ ਵਿੱਚ ਵੱਜਦਾ ਗਭਰੂਆ ਝਟਫਾ ਪੈਂਦੀਆਂ ਨੇ ਛੱਡਦੇ ਛੋਟੇ ਵੀਰਾ ਕਰਨੀ ਰੀਸ ਸ਼ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਇਹ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਆ ਮੇਰੀਓ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਆ ਨਗਰ ਨਿਵਾਸੀਆਂ ਵੱਲੋਂ ਇਲਾਕੇ ਦੀਆਂ ਸਾਖਾਂ ਵੱਲੋਂ ਜ਼ਿਲ੍ਹਾ ਜਲੰਧਰ ਵੱਲੋਂ ਧੰਨਵਾਦ ਆਖਦੇ ਆ ਗੁਰਪੇਜ ਪੱਧਰ ਕਲਮ ਵਾਲਾ ਪੱਕੇ ਤੌਰ ਤੇ ਮੇਰੀਓ ਪੁਰਤਗਾਲ ਦੀ ਧਰਤੀ ਦਾ ਵਸਨੀਕ ਕਹਿੰਦਾ ਕਬੱਡੀ ਨਹੀਂ ਛੱਡ ਸਕਦੇ ਲੋ ਗੁਰਪੇਜ ਪੱਧਰ ਕਲਮ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀ ਉਹਦੇ ਪਾਸੇ ਤਿਆਰ ਬਾਰ ਤਿਆਰ ਨੇ ਦੁੱਧ ਮੱਖਣਾ ਨਾਲ ਪਲੇ ਬੱਲੇ ਖੇਲ ਬੱਲੇ ਤਾਈਓ ਸਿੱਕਾ ਪੰਜਾਬੀਆਂ ਦਾ ਯੂਕੇ ਵੀ ਚੱਲੇ ਸਾਰੇ ਸੰਸਾਰ ਵਿੱਚ ਧੌਸ ਹੈ ਪੰਜਾਬੀਆਂ ਦੀ ਜਿੱਤਣਾ ਜਹਾਨ ਸਾਰਾ ਸੋਚ ਹੈ ਪੰਜਾਬੀਆਂ ਦੀ ਸੋਚ ਹੈ ਪੰਜਾਬੀਆਂ ਦੀ ਜਿੱਤਣਾ ਜਹਾਨ ਸਾਰਾ ਗੱਲ ਸੋਚ ਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਬੱਬੂ ਸਰਪੰਚ ਪਡੋਰੀ ਵਾਲੇ 2100 ਰੁਪਏ ਦਾ ਸਤਿਕਾਰ ਭੇਜਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਤੇ ਸਾਡੇ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਬੱਬੂ ਸਰਪੰਚ ਪਡੋਰੀ ਅਗਲਾ ਮੈਚ ਦੀਆਂ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰ ਅਗਲੇ ਮੈਚ ਦੀਆਂ ਟੀਮਾਂ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀਆਂ ਟੀਮਾਂ ਖੇਡ ਮੈਦਾਨ ਚ ਰਿਪੋਰਟ ਰਾਜਨ ਲਓ ਇਹਦੇ ਪਾਸੇ ਕੀ ਬਾਤ ਹੈ ਮੇਜਰ ਗਾਖਿਆ ਜੀ ਬੈਠੇ ਆ ਉਹਨਾਂ ਦਾ ਸ਼ੀਸ਼ ਕਾਵਾਂਗੇ ਛੋਟਾ ਵੀਰ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਆ ਪਰ ਪੈਣ ਜਿਹੜਾ ਇਹਦੇ ਪਾਸੇ ਧਾਵੀ ਇੱਕ ਅੰਗ ਦਾ ਵਾਧਾ ਕਰਦਾ ਆ ਲਓ ਇਹਦੇ ਪਾਸੇ ਆ ਹੈ ਨੌਜਵਾਨ ਗੱਭਰੂ ਅਮਰ ਘਾਸ ਸਿੱਖੀ ਮਹਾਨ ਹੈ ਜਰੇ ਨੂੰ ਤੂਫਾਨ ਕਹਾਂਗਾ ਐਸੀ ਖੇਡ ਰਚਾਵਾਂਗਾ ਮੈਂ ਖੰਡੇ ਦੀ ਨੋਕ ਦੇ ਵਿੱਚੋਂ ਗੰਗਾ ਇੱਕ ਵਗਾਵਾਂਗਾ ਮੈਂ ਖੰਡੇ ਦੀ ਨੋਕ ਦੇ ਵਿੱਚੋਂ ਗੰਗਾ ਇੱਕ ਵਗਾਵਾਂ ਲੋ ਬੇਟਾ ਅੱਜ ਆ ਦੌੜ ਲਾਉਂਦਾ ਉਹ ਛੋਟੇ ਵੀਰਾ ਪਹਿਲੋਂ ਕਮੇਟੀ ਕੋ ਪੁੱਛੋ ਏਦਾਂ ਦੌੜ ਨਹੀਂ ਲਾਉਣੀ ਲੋ ਇਹ ਕਬੱਡੀ ਕੱਪ ਆ ਮਾੜਾ ਮੋਟਾ ਨੀ ਲੋ ਇਜਾਜ਼ਤ ਲਵੋ ਹਾਂਜੀ ਗੁਜਰਪੁਰੀ ਆ ਜਾ ਕਲੀਅਰ ਸਾਹਿਬ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਚੈਨਾ ਨਾਮ ਹੈ ਲੋ ਇਹਦੇ ਪਾਸੇ ਬਾਬਾ ਰਾਮ ਜੋਗੀ ਪੀਰ ਮਾਲੂਪੁਰ ਦੀ ਟੀਮ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਆ ਮੁੰਡਾ ਹਰਨੇਕ ਨਾਗਰਾਜ ਜੀ ਪੱਪੂ ਗਾਖਲ ਵੀ ਆ ਰਹੇ ਆ ਕਹਿੰਦੇ ਥੋੜੇ ਸਮੇਂ ਤੱਕ ਪਹੁੰਚਣ ਵਾਲੇ ਆ ਇਹ ਕਹਿੰਦੇ ਮਹਾਨ ਕਬੱਡੀ ਦੇ ਖਿਡਾਰੀਆਂ ਦਾ ਗਰਾਈ ਹੈ ਇਹ ਮੁੰਡਾ ਕਹਿੰਦੇ ਪੜਤਾਂ ਦਾ ਖੇਡ ਮੈਦਾਨਾਂ ਵਿੱਚ ਜਦੋਂ ਜੱਫੇ ਲਾਉਂਦਾ ਤੇ ਬੜੇ ਮਾਣ ਦੇ ਨਾਲ ਬੁਲਾਰੇ ਕਹਿੰਦੇ ਵੀ ਇਹ ਗਾਖਲਾ ਪਿੰਡ ਦਾ ਜ਼ਿਲ੍ਹੇ ਜਲੰਧਰ ਦਾ ਮਾਣ ਹੈ ਇਹ ਹੈ ਕੇਸ਼ੀ ਗਾਖਲ ਰਕੇਸ਼ ਕੁਮਾਰ ਪੂਰਾ ਨਾਮ ਹੈ ਪਰ ਦੁਨੀਆ ਹੁਣ ਕੇਸ਼ੀ ਦੇ ਨਾਮ ਦੇ ਨਾਲ ਜਾਣਦੀ ਹੈ ਅਗਲੀ ਰੇਡ ਖੇਡ ਦੇ ਮੈਦਾਨ ਵਿੱਚ ਫਿਰ ਮੈਂ ਦੇਖਦਾ ਵੀ ਬਲਜੀਤ ਚੌੜੇ ਮਧਰੇ ਦੀ ਧਰਤੀ ਦਾ ਇਸਲੇ ਗੁਰਦਾਸਪੁਰੀ ਆ ਮਾਝੇ ਦਾ ਮਜੈਲ ਲਵੀ ਸਦਮਾ ਦੋਨਾਂ ਵਾਲਿਆ ਲਾ ਥਾ ਜੱਫਾ ਤੂੰ ਵੀ ਜਿੱਦਾਂ ਨੇਕੀ ਨੇ ਲਾਏ ਜਿੱਦਾਂ ਮੱਤੂ ਲਾਉਂਦਾ ਜਿੱਦਾਂ ਕਹਿੰਦੇ ਵੀ ਅੱਜ ਕੱਲ੍ਹ ਵੱਡਾ ਮੱਤੂ ਛੋਟਾ ਮੱਤੂ ਖੇਡ ਮੈਦਾਨਾਂ ਵਿੱਚ ਮਸ਼ਹੂਰ ਜਿਹਾ ਖਿਡਾਰੀ ਹੁੰਦੇ ਜਾ ਰਹੇ ਨੇ ਦਿਨੋ ਦਿਨ ਪਰ ਸੁਨਣਾ ਵਾਲਾ ਸਾਬੂ ਕਹਿੰਦਾ ਵੀ ਮੈਂ ਟਰਾਈ ਕਰਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਖੁਰਾਕ ਖਾਣੀ ਚਾਹੀਦੀ ਹੈ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ ਕੁਝ ਵੀ ਨਾ ਕੀਏ ਬਿਨਾਂ ਜੈਕਾਰ ਨਹੀਂ ਹੁੰਦੀ ਜੈਕਾਰ ਕਰਨੀ ਪੈਂਦੀ ਹੈ ਸੰਘਰਸ਼ ਕਰਨਾ ਪੈਂਦਾ ਸਟੈਮਿਨਾ ਬਣਾਉਣਾ ਪੈਂਦਾ 65-70 ਫੁੱਟ ਦੇ ਦਾਇਰੇ ਵਿੱਚ ਫਿਰ ਕਬੱਡੀਆਂ ਪੈਂਦੀਆਂ ਨੇ ਲੋ ਇਹਦੇ ਪਾਸੇ ਸਿਕੰਦਰ ਕਾਜਰੀ ਦਾ ਪੇਂਡੂ ਨਾਗੋ ਨਾਮ ਹੈ ਕਪੂਰਥਲੀਆ ਕਬੱਡੀ ਪਾ ਰਿਹਾ ਤੇ ਇਹਦੇ ਪਾਸੇ ਜ਼ਿਲ੍ਹਾ ਜਲੰਧਰੀਆ ਡਾਕਟਰਾਂ ਦੀ ਕਰਦਾ ਕੋਸ਼ਿਸ਼ ਤੇ ਨਾਗੋ ਨਹੀਂ ਰੁਕਦਾ ਪੈਣ ਜਿਹੜਾ ਧਾਬੀ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਜੀਤੇ ਪਾਗਲੀ ਕਬੱਡੀ ਪਸੀਨਾ ਪੋਚਦਾ ਹੋਇਆ ਜੀਤਾ ਸੰਧੂ ਚੱਠੇ ਵਾਲਾ ਕਬੱਡੀ ਪਾ ਰਿਹਾ ਜੀਤੇ ਮੌੜ ਦੀਆਂ ਵੱਡੀਆਂ ਗੱਲਾਂ ਨੇ ਲੋ ਇਹਦੇ ਪਾਸੇ ਉਹ ਬੈਲੀ ਭਾਈ ਤਰਿਆ ਜੀਤੇ ਮੌੜ ਨਾਲ ਪੰਗਾ ਪਾ ਕੇ ਕੁੰਡੀਆਂ ਦੇ ਸਿੰਘ ਫਸ ਗਏ ਮਿੱਤਰਾ ਬਹਿ ਜਾ ਗੋਣੀ ਲਾ ਕੇ
ਸੰਮੀਪੁਰ ਵਿੱਚ ਆਉਂਦੀਆਂ ਨੇ ਖੇਡਾਂ ਲੱਗਦੇ ਨੇ ਜੱਫੇ ਨਾਲੇ ਪੈਂਦੀਆਂ ਨੇ ਰੇਟਾਂ ਹਰ ਬੰਦਾ ਚਾਹਵਾਨ ਹੋਇਆ ਖੇਡ ਕਬੱਡੀ ਦਾ ਲੋਹੇ ਵਾਂਗੂ ਢਾਲ ਕੇ ਸਰੀਰ ਨੂੰ ਲੱਕੀ ਕੁਰਾਲੀ ਹਰਨੇਕ ਨਾਗਰਾ ਰਿਸ਼ਪਾਲ ਸ਼ੀਰਾ ਇਹ ਦਿਨਾਂ 'ਚ ਸਟਾਰ ਹੋਏ ਸਨ ਕਬੱਡੀ ਦੇ ਉਦੋਂ ਉਹਨਾਂ ਦਾ ਸਮਾਂ ਸੀ ਤੇ ਹੁਣ ਸ਼ੀਰੇ ਭਾਜੀ ਇਹਨਾਂ ਦਾ ਸਮਾਂ ਬਦਲ ਗਿਆ ਗੱਲ ਸਮੇਂ ਦੀ ਹੈ ਲਓ ਫੈਨ ਜਿਹੜਾ ਜੀਤਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਲਓ ਅਗਲੀ ਕਬੱਡੀ ਮੇਰੇ ਵੀਰੋ ਸੋਨੂ ਪਾ ਰਿਹਾ ਹੈ ਚਾਰ ਜਾਫੀ ਤਿਆਰ ਬਾਰ ਤਿਆਰ ਨੇ ਮਨਪ੍ਰੀਤ ਕਰ ਦੋ ਹੱਥ ਪਰ ਇਧਰੇ ਪਾਸੇ ਵੀਰੋ ਚੰਨਾ ਵਡਾਲੇ ਵਾਲਾ ਕਰਦਾ ਕੋਸ਼ਿਸ਼ ਪਰ ਭੈਣ ਜਿਹੜਾ ਢਾਬੀ ਦੇ ਖਾਤੇ ਜੁੜਦਾ ਹੈ ਅੰਨੂ ਬੁੱਢੇ ਉੱਥੇ ਵਿਆਸ ਦਾ ਏਰੀਆ ਮਹਾਰਾਜਾ ਜੀ ਕਰੋ ਗੱਲ ਮਿੰਟੂ ਬੋਪਾ ਰਾਈ ਜਿਹਨੇ ਪਹਿਲਾ ਰੇਡ ਪਾਈ ਹੈ ਔਰ ਕਹਿੰਦੇ ਵੀ ਮਦਨ ਗੋਪਾਲ ਪੜਤ ਮਦਨ ਗੋਪਾਲ ਦਾ ਪਿੰਡੂ ਜਿਹਨੇ ਪਹਿਲੀ ਰੇਡ ਪਾਈ ਅਨੂ ਬੁੱਢੇ ਥੇ ਵਾਲਾ ਫਿਰ ਐਨ ਸੱਪ ਵਾਂਗੂ ਮੇਲਦਾ ਕਦੇ ਸੱਜੇ ਕਦੇ ਖੱਬੇ ਹੁਣ ਸਭ ਸੁੰਨੜਾ ਵਾਲਾ ਕਬੱਡੀ ਦਾ ਸਟਾਰ ਕਦੇ ਯੂਰਪ ਕਦੇ ਕੈਨੇਡਾ ਕਦੇ ਕਹਿੰਦੇ ਐਨ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਬਹਿਜਾ ਕਰਵਾਉਣ ਵਾਲਾ ਖਿਡਾਰੀ ਕੋਸ਼ਿਸ਼ ਕਰਦਾ ਪਰ ਸਫਲਤਾ ਹੈ ਵੀ ਪੰਡਤ ਜੀ ਵਿਸਲ ਮਾਰਦੇ ਸਦਮਾ ਦੋਨਾਂ ਵਾਲੇ ਵੀ ਨੰਬਰ ਜਿਹੜਾ ਇਸ ਲਈ ਬਾਬਾ ਬੁੱਢਾ ਕਬੱਡੀ ਕਲੱਬ ਹੰਦਾਲ ਇਸ ਵੇਲੇ ਜਿਹੜੀ ਟੀਮ ਅੱਜ ਗੁਰਲਾਲ ਆਇਆ ਆਸਟ੍ਰੇਲੀਆ ਤੋਂ ਖੇਡਣ ਵਾਸਤੇ ਸਾਡੇ ਸਾਬੀ ਕਲਾਬ ਦਾ ਚਹੇਤਾ ਖਿਡਾਰੀ ਆ ਕੁਲਦੀਪ ਬਾਸੀ ਦਾ ਚਹੇਤਾ ਖਿਡਾਰੀ ਆਸਟ੍ਰੇਲੀਆ ਵਾਲੇ ਦਾ ਬਲਜੀਤ ਔਰ ਸਾਡੇ ਬਿੱਲੇ ਦੇ ਪਿੰਡ ਵਿੱਚ ਆਇਆ ਆਸਟ੍ਰੇਲੀਆ ਤੋਂ ਕਿੱਥੇ ਆ ਗੁਰਲਾਲ ਗੁਰਲਾਲ ਹੱਥ ਖੜਾ ਕਰ ਵੀ ਆਸਟ੍ਰੇਲੀਆ ਵਾਲਾ ਗੁਰਲਾਲ ਲਵਪ੍ਰੀਤ ਸਿੰਘ ਗੁਰਲਾਲ ਰਾਏ ਬ੍ਰਦਰ ਗੁਰਦਿਆਲ ਰਾਏ ਹੁਣੀ ਮਾਣ ਕਰਦੇ ਇਸ ਖਿਡਾਰੀ ਤੇ ਸਾਬੀ ਮਾਣ ਕਰਦਾ ਕਾਲੇ ਸਿੰਘਾਂ ਵਾਲਾ ਕੁੱਦਾ ਮਾਣ ਕਰਦਾ ਇਹਨਾਂ ਦੀ ਯਾਰੀ ਹੈ ਸਾਬੀ ਦੇ ਨਾਲ ਪਰ ਸਾਹਮਣੇ ਦੇਖੋ ਬਿੰਦੂ ਮਾਧੋਪੁਰੀਆ ਸੁੰਦਰ ਜਿਹਾ ਸਰੀਰ ਹੈ ਕਲੇ ਸਾਹਿਬ ਸਿਰ ਤੋਂ ਸਰਦਾਰੀ ਹੈ ਬਾਲਾਂ ਤੇ ਰੁਮਾਲ ਹੈ ਤੁਸੀਂ ਬੋਲਣਾ ਨਜ਼ਾਰਾ ਜ਼ਰੂਰ ਲੈਣਾ ਪਰ ਆਹ ਦੇਖੋ ਸਾਹਮਣੇ ਪਈ ਹੋਈ ਰੇਡ ਤੇ ਹੁਣ ਦੇਖਦੇ ਸਾਬੂ ਸੁੰਦੜਾ ਵਾਲਾ ਜਾਂ ਫਿਰ ਖੇਡ ਮੈਦਾਨ ਚ ਸਾਬੀ ਇਸ ਵੇਲੇ ਸ਼ਿਕਾਰ ਮਾਛੀਆਂ ਦੇਖੋ ਢਾ ਕੇ ਇੱਕ ਤੇ ਬਹਿ ਗਿਆ ਕਲੇਰ ਸਾਹਿਬ ਕਰਿਓ ਗੱਲ ਹੁਣ ਕਰਿਓ ਗੱਲ ਮੈਕ ਦੇ ਦੋ ਸਾਡੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਦੀ ਉਹ ਸ਼ਖਸੀਅਤ ਸਰਦਾਰ ਰਘਵੀਰ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਆ ਜੋ ਕਿ ਬਹੁਤ ਵੱਡਾ ਮਾਣ ਦਿੱਤਾ ਕਾਂਗਰਸ ਆਈ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਸਾਡੇ ਚਮਿਆਰੇ ਤੋਂ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਸੰਗੋਜਲੇ ਤੋਂ ਸਾਡੇ ਸਤਿਕਾਰਯੋਗ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਅਡੀਕਲ ਕੀਤੀ ਜਾ ਰਹੀ ਸੀ ਤੇ ਸਰਦਾਰ ਰਘਵੀਰ ਸਿੰਘ ਜੀ ਗਿੱਲ ਸਾਹਿਬ ਪਹੁੰਚਣਗੇ ਸਾਡੇ ਸਰਪੰਚ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਔਰ ਸੰਗੋਜਲੇ ਤੇ ਸਤਿਕਾਰਯੋਗ ਸ਼ਖਸੀਅਤਾਂ ਪਹੁੰਚਣਗੀਆਂ ਬਹੁਤ ਬਹੁਤ ਧੰਨਵਾਦ ਐਨਆਰਜੀ ਸਪੋਰਟਸ ਕਲੱਬ ਪਿੰਡ ਸੰਮੀਪੁਰ ਹਾਂਜੀ ਰਾਜ ਨਿਕਲਿਆ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਜਿੰਨੇ ਵੀ ਵੀਆਈਪੀ ਗੈਸ ਪਹੁੰਚਦੇ ਨੇ ਸੋ ਆਪਾਂ ਧੰਨਵਾਦ ਆਖਦੇ ਹਾਂ ਲੋ ਗੁਰਭੇਜ ਪੱਤਰਾਂ ਵਾਲਾ ਕਬੱਡੀ ਪਾ ਰਿਹਾ ਮੇਰਿਓ ਲੈ ਵੀ ਸਾਬੀ ਕਰ ਕੋਸ਼ਿਸ਼ ਲੋ ਅਮਰੀਕ ਸਾਡੇ ਨੇ ਵਿਛੜ ਗਿਆ ਮੇਰਿਓ ਸ਼ਰਧਾ ਦੇ ਫੁੱਲ ਵੀ ਪੇਟ ਕਰਦੇ ਆ 2007 ਦੇ ਵਿੱਚ ਸਾਬੀ ਦੇ ਪੇਂਡੂ ਨੇ ਜੱਸੇ ਨੇ 27 ਕਬੱਡੀਆਂ ਪਾਈਆਂ ਸਨ ਪਰ ਕੋਈ ਜੱਫਾ ਨਹੀਂ ਲੱਗਿਆ ਬੈਸਟ ਰਿਹਾ 2007 ਦਾ ਕੈਨੇਡਾ ਕੱਪ ਦਾ ਨਾਗੋ ਅਗਲੀ ਕਬੱਡੀ ਪਾ ਰਿਹਾ ਕਾਂਜਰੀ ਵਾਲਾ ਕਪੂਰਥਲੀਆ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਦੇ ਟੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨੇ ਇਧਰੇ ਪਾਸੇ ਤੇਜਿੰਦਰ ਸਿੰਘ ਜੀ ਕਾਲਕੜ ਸਾਹਿਬ ਪਰਮਜੀਤ ਸਿੰਘ ਜੀ ਪਵਾਂ ਉਹਦੇ ਛੋਟੇ ਵੀਰ ਬੱਪੂ ਬਿੱਟੂ ਭਾਜੀ ਨਾਲ ਹੈਪੀ ਪੰਡਿਤ ਜੀ ਸਿੱਧਵਾ ਦੋਨਾਂ ਵਾਲੇ ਉੱਗੇ ਕੋਚ ਨੇ ਜਸਪਾਲ ਸਿੰਘ ਜੀ ਰਾਣਾ ਸੀਨੀਅਰ ਕੋਚ ਨੇ ਬੈਠੇ ਨੇ ਆਪਾਂ ਜੀ ਪੁਆਇੰਟ ਕਿੱਧਰ ਸੀ ਪੁਆਇੰਟ ਸ਼ੀਲਿਆ ਲੋ ਬਲਜੀਤ ਇਹਦੇ ਪਾਸੇ ਚੌੜੇ ਬਦਰੇ ਦੀ ਧਰਤੀ ਦਾ ਨਿਮਰਤਾ ਸਾਧ ਵਾਲੀ ਤੇ ਅੱਖ ਬਾਜ ਵਾਲੀ ਛੀਲਿਆ ਤੈਨੂੰ ਵੀ ਬਣਾਉਣੀ ਪੈਣੀ ਆ ਫੇਰ ਨੰਬਰਾਂ ਦੀ ਗੱਲ ਲਾਓ ਬਲਜੀਤ ਚੌੜੇ ਮਧਰੇ ਵਾਲਾ ਸੁਲੇ ਰੇਡ ਪਾ ਕੇ ਗੁਰਦਾਸਪੁਰੀਆ ਕੇ ਮਲਵਈ ਕਬੱਡੀਆਂ ਪਾਉਂਦੇ ਮਾਝੀ ਜੱਫੇ ਲਾਉਂਦੇ ਚਾਰੇ ਪਾਸੇ ਖੇਡਣ ਜਾਰੂ ਪੁੱਤ ਦਵਾਬੀਆਂ ਦੇ ਅੱਜ ਕੌਂਡੀ ਕੌਂਡੀ ਕਰਦੇ ਫਿਰਦੇ ਇਹ ਹੈ ਪੁੱਤ ਪੰਜਾਬੀਆਂ ਦੇ ਚਾਹੇ ਕਹਿੰਦੇ ਵੀ ਮਾਝੇ ਦੀ ਗੱਲ ਚਾਹੇ ਦਬਾਬੇ ਦੀ ਗੱਲ ਚਾਹੇ ਮਾਲਵੇ ਦੀ ਗੱਲ ਪੰਜਾਬੀਆਂ ਦੇ ਪੁੱਤਰਾਂ ਦੀ ਗੱਲ ਖੇਡ ਕਬੱਡੀ ਦੇ ਵਿੱਚ ਵੱਡੇ ਮੱਲ ਪੈਦਾ ਹੋਏ ਨੇ ਉਹ ਸਾਹਮਣੇ ਵਡਾਲਾ ਮਾਹੀ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੰਨ ਕਿ ਚੰਨਾ ਚੋਂ ਚੰਨ ਮਾਤਾ ਗੁਜਰੀ ਦਾ ਚੰਨ ਪਰ ਇਹ ਚੰਨ ਹੁਣ ਖੇਡ ਮੈਦਾਨ ਦੇ ਵਿੱਚ ਹੰਦਿਆਂ ਦੇ ਮੁਕਾਬਲਾ ਹੋਈ ਪਈ ਕਬੱਡੀ 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 ਆਹ ਦੇਖੋ ਰੋਪੜੀਆ ਜਿੰਦਰਾ ਲੱਗੇਗਾ ਖੂਹ ਦੇ ਵਿੱਚ ਕੁੰਜੀਆਂ ਸਿੱਟੇਗਾ ਜਾਂ ਫਿਰ ਕਹਿੰਦੇ ਵੀ ਧਾਬੀ ਜਿੰਦਰਾ ਖੋਲ ਕੇ ਨੰਬਰ ਆਪਣੀ ਟੀਮ ਲਈ ਜੋੜ ਦੇਵੇਗਾ ਵਾਹ ਨੌਜਵਾਨ
ਨਾ ਤਾੜੀ ਤੇ ਬਣਦੀ ਆ ਰੱਬ ਵਰਗੇ ਦਰਸ਼ਕ ਵੀਰੋ ਮੁੰਡਾ ਮਿੰਟੂ ਆ ਬੋਪਾਰਾਏ ਪਿੰਡ ਜਿਹਦਾ ਜਿਹਨੇ ਖੇਡ ਦੇ ਮੈਦਾਨ ਵਿੱਚ ਰੇਡ ਪਾ ਕੇ ਨੰਬਰ ਜੋੜ ਦਿੱਤਾ ਅਮਰ ਘਾਸ ਵਾਲਾ ਆ ਗਿਆ ਸਤਨਾਮ ਸਿਧਵਾ ਜੀ ਚੱਕਿਓ ਮੈਂ ਕਰਿਓ ਗੱਲ ਮੁੰਡਾ ਹੋ ਅਮਰ ਪਾਵੀ ਅਮਰ ਅਮਰ ਕਿਆ ਬਾਤ ਹੈ ਜਿਹੜਾ ਨਾਮ ਜਪਦਾ ਜਿਹੜਾ ਸ਼ਹੀਦ ਹੁੰਦਾ ਉਹ ਅਮਰ ਹੋ ਜਾਂਦਾ ਪਰ ਇਧਰੇ ਵਾਸਤੇ ਅਮਰ ਨਾਮ ਹੈ ਮੇਰੀ ਉਹ ਲੋ ਸਿੱਖੀ ਮਹਾਨ ਹੈ ਸਭ ਮਾਵਾਂ ਦੇ ਪੁੱਤ ਆਪ ਨੂੰ ਸ਼ੇਰ ਕਹਾਉਂਦੇ ਨੇ ਗੁਰੂ ਗੋਬਿੰਦ ਸਿੰਘ ਵਾਂਗੂ ਸਿਰ ਦਸਤਾਰ ਸਜਾਉਂਦੇ ਨੇ ਫੜੀ ਸੀ ਜਿਹਨਾਂ ਤਲਵਾਰ ਕਦੇ ਉਹ ਕੰਬ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਵਰਗੇ ਸੂਰਮੇ ਜੰਮ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਵਰਗੇ ਸੂਰਮੇ ਇੱਧਰ ਜੰਮ ਨਹੀਂ ਸਕਦੇ ਸਟੇਜ ਤੋਂ ਖੱਬੇ ਹੱਥ ਨਜ਼ਰ ਮਾਰੀਏ ਸੁੱਖੀ ਬਹਿਣ ਜੀ ਆਏ ਆ ਜੂਕੇ ਤੋਂ ਔਰ ਧੰਨਵਾਦ ਹੈ ਸੁੱਖੀ ਬਹਿਣ ਜੀ ਆ ਜਾਓ ਇੱਧਰ ਧੰਨਵਾਦ ਹੈ ਸਾਡੀ ਖੇਡ ਕਬੱਡੀ ਦੇ ਦੀਵਾਨੇ ਹੈ ਨਾਲ ਕਾਲੂ ਕਾਲੇ ਸੰਘਿਆ ਵਾਲਾ ਸੁੱਖੀ ਬੈਂਸ ਜਦੋਂ ਕਹਿੰਦੇ ਕਲੇਰ ਸਾਹਿਬ ਪੈਸੇ ਲਾਉਂਦੇ ਨਾ ਕਦੇ ਸੋਚਦੇ ਨਹੀਂ ਵੀ ਕਿੰਨੇ ਪਾਉਂਡ ਆ ਜਾਂ ਕਿੰਨੇ ਇੰਡੀਆ ਕਰੰਸੀ ਆ ਐਨ ਕਹਿੰਦੇ ਵੱਡੇ ਸੁੱਖੀ ਬੈਂਸ ਜੀ ਸੁੱਖੀ ਭਾਜੀ ਕਿੱਥੇ ਗਾ ਆ ਦੇਖੋ ਸਾਹਮਣੇ ਖੜੇ ਮੈਨੂੰ ਪਤਾ ਲੱਗ ਗਿਆ ਭਾਜੀ ਆਓ ਸਟੇਜ ਤੇ ਤੁਸੀਂ ਸਾਡੇ ਖੇਡ ਪ੍ਰਮੋਟਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਖਦੇ ਕਾਲੂ ਕਾਲਾ ਸੰਘਿਆ ਵਾਲਾ ਜਾ ਵਸਿਆ ਕੈਨੇਡਾ ਦੀ ਧਰਤੀ ਤੇ ਗੱਲਾਂ ਹੋਈਆਂ ਕਾਲੂ ਵਰਗਿਆਂ ਦੀਆਂ ਬੱਬਰ ਸ਼ੇਰਾਂ ਦੀਆਂ ਤੇ ਸਾਡੇ ਸਤਿਕਾਰਯੋਗ ਸੁੱਖੀ ਬੈਂਸ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਆਖਦੇ ਨੇ ਕਿ ਜੀ ਆਇਆਂ ਬਣ ਕੇ ਕਿ ਪ੍ਰਮੋਟਰ ਲੱਖਾਂ ਪੈਸਾ ਲਾਉਂਦੇ ਨੇ ਲੈ ਵੀ ਕਾਲੂ ਸਿਆ ਜਲਦੀ ਆ ਜਾ ਮੈਦਾਨਾਂ ਵਿੱਚ ਨੌਜਵਾਨਾਂ ਤੂੰ ਵੀ ਹੁਣ ਤਿਆਰ ਹੋ ਕੇ ਤੇਰੀ ਖੇਡ ਦੀ ਚਰਚਾ ਕਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਜਦੋਂ ਬੁਲਟ ਮੋਟਰਸਾਈਕਲ ਜਿੱਤਿਆ ਤੇ ਗੱਲਾਂ ਦੁਨੀਆ ਵਿੱਚ ਹੋਈਆਂ ਸੁੱਖੀ ਬਹਿਣ ਜੀ ਜ਼ਰੂਰ ਆਪਣੇ ਬੇਟੇ ਦਾ ਵੀ ਨਾਮ ਦੱਸੋ ਐਨ ਇਹ ਵੀ ਕਬੱਡੀ ਦਾ ਆਸ਼ਕ ਹੈ ਜਿੱਥੇ ਵੀ ਮੈਚ ਚੱਲਦੇ ਉੱਥੇ ਵੀ ਨਾਲ ਜਾਂਦਾ ਪਰ ਆਓ ਗਾਖਲਾਂ ਵਾਲਾ ਕੇਸ਼ੀ ਮੋਹਰੇ ਖੜ ਗਿਆ ਮੋਹਰੇ ਹੁਣ ਡੋਜਾਂ ਵੀ ਕਹਿੰਦੇ ਵੱਜ ਰਹੀਆਂ ਨਾਗੋ ਦੀਆਂ ਪਰ ਉਹ ਦੇਖੋ ਸਾਹਮਣੇ ਕਿ ਬਹਿਦਾ ਮੇਰੀ ਬਾਹ ਛੱਡ ਦੇ ਮੇਰੇ ਦੁੱਖ ਦੀ ਸਮਝ ਨਾ ਤੈਨੂੰ ਕੋਈ ਕਿ ਬਹਿਦਾ ਮੇਰੀ ਬਾਹ ਛੱਡ ਦੇ ਦੁਨੀਆ ਦਾ ਵੱਡਾ ਖੇਡ ਮੇਲਾ ਸੰਮੀਪੁਰ ਦਾ ਮੇਰੇ ਵੀਰੋ ਅੱਜ ਦੀ 22 ਤਰੀਕ ਹੈ ਭਾਗਾ ਭਰਿਆ ਦਿਨ ਹੈ ਕਿ ਭਾਗਾ ਵਾਲੀ ਖੇਡ ਹੈ ਕਬੱਡੀ ਜਦੋਂ ਖੇਡ ਹੁੰਦੀ ਉਸ ਵੇਲੇ ਧਰਤੀ ਨੂੰ ਭਾਗ ਲੱਗ ਜਾਂਦੇ ਨੇ ਭਾਗਾ ਭਰੀਆਂ ਮਾਵਾਂ ਦੇ ਪੁੱਤ ਜਿੱਥੇ ਖੇਡਦੇ ਭਾਗਾ ਭਰੇ ਕੌਡੀ ਦੇ ਮੈਦਾਨ ਫੱਬ ਜਾਂਦੇ ਨੇ ਪੈਂਦੀਆਂ ਕਬੱਡੀਆਂ ਤੇ ਲੱਗਦੇ ਨੇ ਜੱਫੇ ਭਾਗਾ ਵਾਲੀ ਘੜੀ ਹੁੰਦੀ ਰੰਗ ਵੱਜ ਜਾਂਦੇ ਨੇ ਭਾਗਾ ਵਾਲੀ ਟੀਮ ਜਦੋਂ ਜਿੱਤਦੀ ਹੈ ਕੱਪ ਜਾਣੋ ਕੌਡੀ ਦੇ ਪ੍ਰੇਮੀਆਂ ਦੇ ਲਹੂ ਲਹੂ ਵੱਜ ਜਾਂਦੇ ਨੇ ਲਓ ਇਹਦੇ ਪਾਸੇ ਚੈਨਾ ਮੈਂ ਮੇਰੀ ਉਹ ਕਿਆ ਬਾਤ ਹੈ ਇੱਕ ਪਾਸੇ ਵਾਹ ਕਬੱਡੀ ਦੇ ਪ੍ਰੇਮੀਆਂ ਦੇ ਲਹੂ ਵੱਜ ਜਾਂਦੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਔਰ ਸਰਜੀਤ ਸਿੰਘ ਜੀ ਸੁਰਹਾਲੀ ਵਾਲੇ ਯੂਐਸ ਵਿੱਚ ਜਾ ਵਸੇ ਆ ਲਾਈਵ ਤੱਕ ਰਹੇ ਆ ਔਰ ਉਹਨਾਂ ਵੱਲੋਂ 10,000 ਰੁਪਇਆ ਸਾਨੂੰ ਕਮੇਟੀ ਨੂੰ ਮਾਈਕ ਸੱਤਾ ਭੇਜੀ ਗਈ ਹੈ ਸਰਦਾਰ ਸਰਜੀਤ ਸਿੰਘ ਜੀ ਜੀਤਾ ਸਮਰਾ ਸੁਰਹਾਲੀ ਵਾਲਿਆਂ ਦਾ ਯੂਐਸਏ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਆ ਜਿੱਥੇ ਸਾਡੇ ਸੁੱਖੀ ਬੈਂਚ ਜੀ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਬ੍ਰਹਮਵੀਰ ਛੋਟਾ ਵੀਰ ਪਹੁੰਚੇ ਆ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਾਲੂ ਕਾਲਾ ਸੰਘਿਆਂ ਵਾਲੇ ਕਬੱਡੀ ਦੇ ਸਟਾਰ ਖੇਡ ਮੈਦਾਨ ਚ ਪੈਂਦੀ ਹੋਈ ਕਬੱਡੀ ਸਾਹਮਣੇ ਸਰਬਜੀਤ ਸਿੰਘ ਸਾਬੀ ਸ਼ਿਕਾਰ ਮਾਛੀਆਂ ਵਾਲੇ ਨੇ ਜੱਫਾ ਵੀ ਲਾਇਆ ਥਾਪੀ ਵੀ ਮਾਰੀ ਉਂਗਲੀ ਵੀ ਖੜੀ ਕੀਤੀ ਕਿ ਇਹ ਨੰਬਰ ਮੇਰਾ ਇਹ ਨੰਬਰ ਮੇਰਾ ਕਿ ਹਰ ਕੋਈ ਆਪਣੇ ਆਪ ਤੇ ਮਾਣ ਕਰਦਾ ਆਇਆ ਜੋ ਵੀ ਇਸ ਜਹਾਨ ਅੰਦਰ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਂਦੇ ਨੇ ਵਿੱਚ ਮੈਦਾਨ ਅੰਦਰ ਹੁਣ ਕਹਿੰਦੇ ਵੀ ਨਾਗੋ ਕਾਂਜਲੀ ਵਾਲੇ ਦੀ ਪਰਖ ਤੇ ਦੂਜੇ ਪਾਸੇ ਮੁੰਡਾ ਕਹਿੰਦੇ ਮਾਣਕ ਹੈ ਧਾਲੀਵਾਲ ਬੇਟ ਵਾਲਾ ਜਿਹੜਾ 2012 ਵਿੱਚ ਕੈਨੇਡਾ ਖੇਡਿਆ ਫਿਰ 17 ਵਿੱਚ ਮਲੇਸ਼ੀਆ ਖੇਡਿਆ ਤੇ ਕਹਿੰਦੇ 18 ਵਿੱਚ ਬਹਿਰੀਨ ਖੇਡਿਆ ਟੌਪ ਦਾ ਖੇਡਿਆ ਤੇ ਕਲੱਬਾਂ ਵਾਲਿਆਂ ਨੇ ਮਾਣ ਕੀਤਾ ਐਲੀਜੈਂਟ ਗੁਰੂ ਘਰ ਦੇ ਲਈ ਖੇਡਿਆ ਇਹ ਖਿਡਾਰੀ ਬਹੁਤ ਟੌਪਰ ਖਿਡਾਰੀ ਹੈ ਜ਼ਿੰਦਗੀ ਵਿੱਚ ਮਾੜਾ ਸਮਾਂ ਵੀ ਬਹੁਤ ਦੇਖਿਆ ਮਾਣਕ ਨੇ ਪਰ ਦਿਲ ਨਹੀਂ ਛੱਡਿਆ ਹਾਰ ਨਹੀਂ ਮੰਨੀ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਪੂਰੇ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਲਓ ਇਹਦੇ ਪਾਸੇ ਗੁਰਬੇਜ ਸਿੰਘ ਜੀ ਲੈ ਵੀ ਨੇਕ ਤੇਰਾ ਵੀ ਧੰਨਵਾਦ ਟੀਮ ਆ ਗਈ ਹੈ ਸਮੇਂ ਸਿਰ ਨੇਕ ਕਹਿੰਦਾ ਹੁੰਦਾ ਵੀ ਮੇਰੀ ਉਹ ਸਮੇਂ ਸਿਰ ਟੀਮਾਂ ਔਰ ਤੇ ਸਮੇਂ ਸਿਰ ਸਮਾਪਤ ਹੋਣ ਆਪਾਂ ਸਾਰੇ ਕੋਚਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਖਾਂਗੇ ਲਓ ਵਰਿੰਦਰ ਸਿੰਘ ਫਿੱਡੂ ਅਰਜਨਾ ਵਾਡੀ ਆ ਉਹਦਾ ਪੇਂਡੂ ਬੱਬੂ ਕਬੱਡੀ ਪਾ ਰਿਹਾ ਪਾ ਵੀ ਬੱਬੂ ਅਗਰੀ ਕਬੱਡੀ ਪੱਪਾ ਦਾ ਬੜਾ ਸ਼ੋਰ ਹੈ ਲਓ ਗੁਰਦਾਸ ਸਿੰਘ ਤਾਜਾ ਜਿਵੇਂ ਕਬੱਡੀ ਪਾਉਂਦਾ ਹੋਵੇ ਜਿਵੇਂ ਜੱਸਾ ਸਿੰਮਾ ਦੋਨਾਂ ਵਾਲਾ ਕਬੱਡੀ ਪਾਉਂਦਾ ਹੋਵੇ ਲਓ ਇਹਦੇ ਪਾਸੇ ਵੱਖਰਾ ਜਿਹਾ ਸਟਾਈਲ ਹੈ ਬੱਬੂ ਦੀ ਕਬੱਡੀ ਹੈ ਤੇ ਧਾਲੀਵਾਲ ਵਾਲਾ ਮਾਣਕ ਕਰਦਾ ਕੁਛ ਡਬਲ ਟੈਪ ਦਾ ਇਸ਼ਾਰਾ ਕੇਸ਼ੀ ਨੇ ਸਿੰਘ ਜੀ ਕਾਲਕਟ ਸਾਹਿਬ ਸੱਚੀ ਬੋਲੀ ਬੋਲੀ ਕੇਸ਼ੀ ਗਾਖਲਾਂ ਵਾਲੇ ਨੇ ਵੀ ਟੱਚ ਮੈਨੂੰ ਲੱਗ ਗਿਆ ਲਓ ਜੀਤਾ
ਕਿ ਖੜੇ ਥਾਪੀਆਂ ਮਾਰਦੇ ਨੇ ਤੋਚੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਨਾ ਮੁੜਦੇ ਖਾਲੀ ਉਹ ਪਹਿਲੀ ਭੱਜ ਤੁਰਿਆ ਜੀ ਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਸੋਹਣਿਆ ਬਹਿਜਾ ਗੋਡਣੀਆਂ ਲਾ ਕੇ ਜੀਤੇ ਦੀ ਖੇਡ ਦੀ ਚਰਚਾ ਕਾਲੇ ਸੰਘਿਆਂ ਵਾਲੇ ਜੀਤੇ ਮੌੜ ਦੀ ਵੀ ਐਨ ਮੇਰੇ ਵੀਰੋ ਆਪਣੇ ਸਮੇਂ ਵਿੱਚ ਪੂਰੀ ਰਹੀ ਹੈ ਆ ਵੀ ਜੀਤਾ ਲੱਕੀ ਕਰਾਲੀ ਵਾਲੇ ਨੇ ਜਦੋਂ ਇੰਟਰਵਿਊ ਕੀਤੀ ਤੇ ਜੀਤਾ ਕਹਿੰਦਾ ਵੀ ਮੈਂ ਹਰਜੀਤ ਬਰਾੜ ਦਾ ਫੈਨ ਬਣਿਆ ਸੀ ਹਰਜੀਤ ਬਰਾੜ ਜੱਫਾ ਘਾਟੀ ਗਾਉਂਦਾ ਸੀ ਮੈਂ ਉਹਦਾ ਫੈਨ ਬਣਿਆ ਵੀ ਦੁਨੀਆਂ ਦਾ ਉਹ ਵੀ ਟੋਪਰ ਰਿਹਾ ਅੱਜ ਵੀ ਦਿਲਾਂ ਵਿੱਚ ਰਾਜ ਹੈ ਮੈਚ ਸਮਾਪਤ ਹੈ ਔਰ ਵਾਹ ਜੀ ਵਾਹ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾ ਦੀ ਟੀਮ ਦੇ 30.5 ਨੰਬਰ ਤੇ ਗੁਰੂ ਰਾਮਦਾਸ ਕਬੱਡੀ ਕਲੱਬ ਚੜ੍ਹਦੀ ਕਲਾ ਮਲੇਸ਼ੀਆ ਦੀ ਟੀਮ ਦੇ 28 ਨੰਬਰ ਛੀਲੇ ਸਵਾਦ ਆ ਗਿਆ ਬਈ ਹਾਫ ਟਾਈਮ ਤੋਂ ਬਾਅਦ ਜਿਹੜੀ ਨਾ ਚੜ੍ਹਦੀ ਕਲਾ ਮਲੇਸ਼ੀਆ ਦੀ ਟੀਮ ਨੇ ਵੀ ਟੌਪ ਦੀ ਖੇਡ ਦਿਖਾਈ ਹੈ ਅਗਲੀ ਹਾਜ਼ਰੀ ਸਾਡਾ ਵੀਰ ਬਿੱਟੂ ਬਿਹਾਰੀ ਪਰ ਦੇ ਨਾਲ ਜੀ ਐਸ ਕਲੇਅਰ ਦੀ ਗੱਲ ਕਰਨਗੇ ਰੋਜ਼ ਕਲੇਅਰ ਸਾਹਿਬ ਹੁਣ ਸਮਾਂ ਤੁਹਾਡਾ ਕਬੱਡੀ ਤੁਹਾਡੀ ਮੈਚ ਤੁਹਾਡਾ ਤੇ ਐਨ ਪਾ ਦੋ ਉਹ ਪਟਾਕੇ ਅੱਜ ਸੰਮੀਪੁਰ ਦੇ ਕਬੱਡੀ ਕੱਪ ਦੇ ਬਿੱਟੂ ਜੀ ਕਰਿਓ ਗੱਲ ਹੁਣ ਬਹੁਤ ਬਹੁਤ ਧੰਨਵਾਦ ਰਾਜਮ ਕਲਿਆਣ ਜੀ ਦਾ ਮੰਚ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਆਈ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਸਰਦਾਰ ਰਘਵੀਰ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ ਗਿੱਲ ਸਾਹਿਬ ਤੁਸੀਂ ਇਸ ਕਬੱਡੀ ਕੱਪ ਦੀ ਸ਼ੋਭਾ ਨੂੰ ਬਹੁਤ ਵਧਾਇਆ ਵਾ ਔਰ ਸਾਡੇ ਸਤਿਕਾਰਯੋਗ ਕੁਲਵੰਤ ਸਿੰਘ ਜੀ ਕੈਨੇਡਾ ਵਾਲੇ ਔਰ ਸਮੁੱਚੀ ਐਨਆਰਈ ਕਮੇਟੀ ਬਹੁਤ ਬਹੁਤ ਧੰਨਵਾਦ ਆਖਦੀ ਰੱਬ ਵਰਗੇ ਸਰੋਤਿਆਂ ਦਾ ਵੀਰਾਂ ਦਾ ਭੈਣਾਂ ਦਾ ਮਾਤਾਵਾਂ ਦਾ ਆ ਜਿਹੜੀ ਟੀਮ ਖੇਡ ਮੈਦਾਨ ਚ ਪਹੁੰਚੀ ਹੈ ਬਾਬਾ ਰਾਮ ਜੋਗੀ ਪੀਰ ਨੇਕੇ ਮਾਲੂਪੁਰੀ ਦੀ ਟੀਮ ਹੋਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਅੰਮ੍ਰਿਤਸਰ ਦੀ ਟੀਮ ਸ਼੍ਰੋਮਣੀ ਕਮੇਟੀ ਟੀਮ ਆ ਸਰਦਾਰ ਜਿਹੜੇ ਆ ਬੱਬਰ ਸ਼ੇਰ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਸੌ ਜਾ ਪੁੱਤਰਾ ਸੌ ਜਾ ਸਿੰਘਾਂ ਦੇ ਹੱਥ ਬੜੇ ਭਾਰੀ ਹੈ ਇਹ ਮਰਨੋਂ ਮੂਲ ਨਹੀਂ ਡਰਦੇ ਜਿਹੜਾ ਮੌਤ ਦੇ ਸ਼ਿਕਾਰੀ ਹੈ ਔਰ ਸਿੰਘਾਂ ਦੀ ਟੀਮ ਹੈ ਹਮੇਸ਼ਾ ਸਿੰਘਾਂ ਦੀ ਚਰਚਾ ਹੋਈ ਹੈ ਔਰ ਅੱਜ ਸੰਮੀਪੁਰ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਔਰ ਇਹ ਆਨੰਦਪੁਰ ਸਾਹਿਬ ਦੀ ਟੀਮ